ਆਈਨਾ ਤੂੰ ਲੱਭਦੇ ਨਾ ਅਕਬਰ ਲੱਭਦੇ ਕੋਈ ਤਲਬ ਯਦੀਮ ਮਿਟਿਆ ਤੇ ਵਧੀ ਸਭ ਦੀ ਓ ਬਾਬਾ ਮੈਂ ਸਦਕੇ ਉਹ ਪਵਾਂ ਗਰੀਬ ਭੈਣ ਦਾ ਮਈਆ ਤੇ ਜ਼ਿੰਦਾਨ ਚ ਰੱਖੇ ਸ਼ਾਮ ਦੀਆਂ ਔਰਤਾਂ ਅੱਗਾ ਵੱਧ ਕੇ ਆਦੀਆਂ ਸਜਾਦ ਨਬੀ ਦੀ ਸ਼ਰੀਆ ਦਾ ਹੁਕਮ ਏ ਜਿਹੜਾ ਕਹਿ ਦੇਣ ਗੁਸਲ ਦੇਵੇ ਅੱਲਾ ਜੰਨਤ ਵਾਜਿਬ ਕਰੇ ਦੇ ਸਨ ਇਜਾਜ਼ਤ ਦੇ ਤੇਰੀ ਭੇੜ ਗੁਸਲ ਦਿਓ ਸ਼ਰੀਫਾ ਸੋਹਣਾ ਪਰਦਾ ਬਣਾਏ ਇੱਕ ਗਸਾਲਾ ਅੰਦਰ ਦਾਖਿਲ ਹੋਈਏ ਥੋੜੀ ਜਿਹੀ ਦੇਰ ਗੁਜ਼ਰੀਏ ਮਾਤਮ ਕਰੇਂਦੀ ਹੋਈ ਬਾਹਰ ਨਿਕਲੀਏ ਰੋ ਗਿਆ ਦੀਏ ਕਹਿਦੀ ਅੱਲਾ ਦਾ ਨਾਈ ਦਾਸੇਂਦੀ ਮਾਂ ਜੀਂਦੀ ਏ ਯਾ ਮਰ ਗਈ ਏ ਇਮਾਮ ਆਦਨ ਜਿਹੜੀ ਮਿੱਟੀ ਤੇ ਬੈਠੀਏ ਉਹ ਮਾਏ ਸਾਹਮਣੇ ਆ ਖੜੀਏ ਰੋ ਗਿਆ ਦੀਏ ਕਹਿ ਦੇਣ ਅੱਲਾ ਦੇ ਨਾਂ ਤੇ ਦੱਸਾ ਦੀ ਜੋ ਬਿਮਾਰਾ ਵੀ ਇਲਾਜ ਕਿਉਂ ਨੇ ਵੀ ਕਰਾਇਆ ਜਦਾ ਮੇਰਾ ਬਾਬਾ ਦੀ ਤੈਕੂ ਕਿਵੇਂ ਪਤਾ ਹੈ ਜੋ ਮੇਰੀ ਧੀ ਬਿਮਾਰ ਏ ਗੁਸਲ ਦੇਵਣ ਵਾਲੀ ਔਰਤ ਦੀਏ ਜੋ ਬਿਮਾਰ ਨਹੀਂ ਤਾਂ ਦੱਸਾਂਦੇ ਚਿਹਰੇ ਦਾ ਰਾਗ ਤਬਦੀਲ ਕਿਉਂ ਏ ਬੀਬੀਆਂ ਦੀਏ ਤਮਾਚੇ ਝਲੇ ਦੀ ਰਹੀ ਏ ਮੈਂ ਕੌਣ ਲੋਗੋ ਸਜਾਦਾ ਧਨ ਮੈਂ ਮੋਈ ਭੈਣ ਚਾਹੀਆ ਦਾ ਮੈਂ ਸਦਕੇ ਹੋ ਪਵਾਂ ਮੈਂ ਕੁਰਬਾਨ ਹੋਵਾਂ ਮੈਂ ਕੌਣ ਲੋਗੋ ਸਜਾਦਾ ਧਨ ਮੈਂ ਮੋਈ ਹੋਈ ਭੈਣ ਚਾਹੀਆਂਦਾ ਹੁਣ ਅੱਲਾ ਦਾ ਨਾਂ ਨੇ ਇੱਕ ਦਫਾ ਮੇਰੇ ਵਾਲੇ ਪਾਸੇ ਲਿਖਿਆ ਏ ਵਸੀਮ ਅਬਾਸ ਆ ਗਈ ਹੈ ਮੈਂ ਖਤਮ ਪਿਆ ਕਰੇ ਨਾ ਸਿਰਫ ਤੇਰੇ ਗਿਰੀਏ ਵਾਸਤੇ ਪਿਆ ਪੜਦਾ ਇਮਾਮ ਸ਼ਾਮ ਦੇ ਵਸਦਿਆਂ ਤੋਂ ਡਿੱਠਾ ਏ ਤੇ ਰੋ ਰੋ ਕੇ ਖੜਿਆ ਦਿਨ ਗਢੜੀ ਨਹੀਂ ਓ ਜਨਾਲਾ ਹੈ ਤਾਈ ਤਾਂ ਦੇ ਨਾਲ ਲਾਈਆ ਦਾ ਆਓ ਖਾਨ ਸਾਹਿਬ ਦਾ ਐਲਾਨ ਕਰੋ ਅੱਲਾ ਕਬੂਲ ਫਰਮਾਵੇ ਸਾਰੇ ਰੋਂਦੀ ਹੋਈ ਅੱਖਾਂ ਨਾਲ ਦੁਆ ਮੰਗੋ ਕਾਇਨਾਤ ਦਾ ਖਾਲਿਕ ਵਾਸਤੇ ਇਮਾਮ ਹੁਸੈਨ ਦੇ ਆਖਰੀ ਸਜਦੇ ਦਾ ਇਸ ਘਰਾਨੇ ਨੂੰ ਦੁਨੀਆ ਔਰ ਆਖਰਤ ਦੀਆਂ ਤਕਲੀਫਾਂ ਤੋਂ ਮਹਿਫੂਜ਼ ਫਰਮਾ ਅਸਾਂ ਸਾਰੇ ਤੁਹਾਡੇ ਮਮਨੂਨ ਆ ਤੁਸੀਂ ਇਤਨੀ ਇੰਤਜ਼ਾਰ ਕੀਤੀ ਹੈ ਹੁਣ ਜਨਾਬ ਦੇ ਸਾਹਮਣੇ ਸਰਦਾਰ ਵਸੀਮ ਅਬਾਸ ਖਾਨ ਉਹ ਖਿਤਾਬ ਫਰਮਾਏ ਸਨ